किसान भरावो असीं लंबे समय तो किसान अंदोलन विच आ 7 महीने तो असीं दिल्ली दीआं गुरुआं उत्ते अपनियां मंगां लई धरना दे बैठे आ और यह अंदोलन अज सारे देश विच ही नहीं सारी दुनिया दुनिया विच फैल गया है जिथे सारी दुनिया दे निगाहां इस अंदोलन उत्ते लगियां होईयां है। देश दे दूजे राज्यां विच भी जो फैसला संयुक्त किसान मोर्चा दिल्ली दीआं गुरुआं तो ऐलान करदा है सारे देश दे किसान ਉਹਨੂੰ ਆਪੋ ਆਪਣੇ ਰਾਜ ਵਿਚ ਲਾਗੂ ਕਰਦੇ ਨੇ। ਇਸ ਅੰਦੋਲਨ ਨਾਲ ਕੇਂਦਰੀ ਹੁਕਮਰਾਨਾਂ ਨੂੰ ਮੋਦੀ ਦੀ ਸਰਕਾਰ ਨੂੰ ਬਹੁਤ ਵੱਡੀ ਘਬਰਾਹਟ ਹੈ, ਬਹੁਤ ਉਹਨਾਂ ਦੇ ਉੱਤੇ ਪ੍ਰੈਸ਼ਰ ਹੈ। ਉਹ ਹਰ ਰੋਜ਼ ਨਵੇਂ ਤੋਂ ਨਵਾਂ ਸ਼ੋਸ਼ਾ ਛੱਡ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਅੰਦੋਲਨ ਨੂੰ ਥੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਇੱਕ ਭਾਜਪਾ ਦਾ ਜਿਵੇਂ ਮੈਂ ਬੜੀ ਵਾਰੀ ਕਿਹਾ ਖਾਸਾ ਹੈ ਵੀ ਝੂਠ ਬੋਲੋ ਔਰ ਝੂਠ ਨੂੰ ਸੱਚ ਬਣਾਓ। ਉਹ ਇਸੇ ਨਿਗਾਹ ਨਾਲ ਹਰ ਰੋਜ਼ ਕੋਈ ਨਾ ਕੋਈ ਸ਼ੋਸ਼ਾ ਛੱਡੀ ਰੱਖਦੇ ਨੇ। ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਮੈਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਾਇਆ। ਮੈਂ ਸਪਸ਼ਟ ਕਰ ਦੇਣਾ ਚਾਹੁੰਦਾ, ਮੈਂ ਪਿਛਲੇ 1 ਸਾਲ ਤੋਂ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਤੋਂ ਛੋਟੇ ਲੀਡਰ ਨੂੰ ਵੀ ਨਹੀਂ ਮਿਲਿਆ। ਮੈਂ 7 ਮਹੀਨੇ ਤੋਂ ਇੱਥੇ ਮੋਰਚੇ ਤੇ ਬੈਠਾ ਤੇ ਇਹਦਾ ਇਸ ਤਰ੍ਹਾਂ ਦੀ ਕੋਈ ਗੱਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੇਰੇ ਕੋਲ ਬਹੁਤ ਸਾਰੇ ਸੱਜਣ ਜਦੋਂ ਜਥੇਬੰਦੀਆਂ ਦੇ ਆ ਕੇ ਗੱਲ ਵੀ ਕਰਦੇ ਹਾਂ, ਮੈਂ ਮੇਰਾ ਮਤ ਹੈ, ਮੈਂ ਉਹਨਾਂ ਨੂੰ ਸਪਸ਼ਟ ਕਹਿਣਾ ਵੀ ਸਾਡਾ ਇਸ ਵੇਲੇ ਮੁੱਖ ਦੇਸ਼ ਮੋਰਚਾ ਹੈ, ਮੋਰਚਾ ਦੀਆਂ ਮੰਗਾਂ ਮਨਾਉਣਾ ਹੈ। ਮੱਛੀ ਦੀ ਅੱਖ ਵਾਂਗ ਆਪਣੇ ਆਪ ਨੂੰ ਆਪਣੀਆਂ ਮੰਗਾਂ ਉੱਤੇ ਕੇਂਦਰਿਤ ਕਰਕੇ ਧਿਆਨ ਕੇਂਦਰਿਤ ਕਰਕੇ ਰੱਖੋ। ਇੱਧਰ ਉੱਧਰ ਚਾਕੋਗੇ ਤਾਂ ਮੋਰਚੇ ਦਾ ਨੁਕਸਾਨ ਹੋਏਗਾ। ਅਜਿਹੀ ਸਥਿਤੀ ਵਿੱਚ ਇਹ ਸੋਚਣਾ ਵੀ ਗਲਤ ਹੋਏਗਾ ਕਿ ਮੇਰੇ ਵਰਗਾ ਆਦਮੀ ਜਿਹੜਾ ਹਮੇਸ਼ਾ ਡਿਸਿਪਲਿਨ ਵਿੱਚ ਰਿਹਾ ਇਸ ਤਰ੍ਹਾਂ ਦੀ ਕੋਈ ਸੋਚ ਰੱਖੇਗਾ। ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ, ਬੇਨਤੀ ਹੈ, ਆਉਣ ਵਾਲੇ ਦਿਨਾਂ ਵਿੱਚ ਵੀ ਪਤਾ ਨਹੀਂ ਇਹ ਭਾਜਪਾ ਦਾ ਜਿਹੜਾ IT ਸੈੱਲ ਹੈ ਉਹ ਕੀ ਕੁਛ ਸੋਚੇ ਛੱਡੇਗਾ, ਕੀ ਕੁਛ ਗੁਲ ਖਿਲਾਏਗਾ। ਚੌਕਸ ਰਹਿਣਾ ਹੈ, ਮੋਰਚਾ ਸ਼ਿਖਰ ਤੇ ਗਿਆ ਹੋਇਆ, ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ। ਜੋ ਫੈਸਲਾ ਲਏਗਾ ਸੰਯੁਕਤ ਮੋਰਚਾ, ਸੰਯੁਕਤ ਕਿਸਾਨ ਮੋਰਚਾ ਤੁਹਾਡੀ ਸਲਾਹ ਨਾਲ ਲਏਗਾ। ਠੀਕ ਹੈ, ਪੰਜਾਬ ਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਚੋਣਾਂ ਨੇ ਉਹਨਾਂ ਨੂੰ ਚੋਣਾਂ ਪਿੱਛੇ ਤਰਲੋ ਮੱਛੀ ਹੋਈ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਆਪਣੇ ਨਿਸ਼ਾਨੇ ਤੋਂ ਥਿਰਕ ਜਾਈਏ। ਸਾਡਾ ਨਿਸ਼ਾਨਾ ਆਪਣੀਆਂ ਮੰਗਾਂ ਨੇ, ਜਦੋਂ ਤੱਕ ਉਹ ਪ੍ਰਵਾਨ ਨਹੀਂ ਹੁੰਦੀਆਂ ਉਦੋਂ ਤੱਕ ਕੁਛ ਸੋਚਿਆ ਨਹੀਂ ਜਾ ਸਕਦਾ। ਮੈਂ ਉਮੀਦ ਕਰਦਾ ਸਾਰੇ ਚੌਕਸ ਰਹੋਗੇ, ਤੁਹਾਡੇ ਮੋਰਚੇ ਨੂੰ ਕੋਈ ਟਾਂ ਨਾ ਲਾ ਸਕੇ, ਕੋਈ ਇਹਨੂੰ ਕਮਜ਼ੋਰ ਨਾ ਕਰ ਸਕੇ। ਇਹਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ। ਬਹੁਤ ਬਹੁਤ ਧੰਨਵਾਦ। ਕਿਸਾਨ ਭਰਾਵੋ, ਅਸੀਂ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਵਿੱਚ ਹਾਂ। 7 ਮਹੀਨੇ ਤੋਂ ਅਸੀਂ ਦਿੱਲੀ ਦੀਆਂ ਗੁਰੂਆਂ ਉੱਤੇ ਆਪਣੀਆਂ ਮੰਗਾਂ ਲਈ ਧਰਨਾ ਦੇ ਬੈਠੇ ਹਾਂ ਔਰ ਇਹ ਅੰਦੋਲਨ ਅੱਜ ਸਾਰੇ ਦੇਸ਼ ਵਿੱਚ ਹੀ ਨਹੀਂ ਸਾਰੀ ਦੁਨੀਆਂ ਵਿੱਚ ਫੈਲ ਗਿਆ, ਜਿੱਥੇ ਸਾਰੀ ਦੁਨੀਆਂ ਦੇ ਨਿਗਾਹਾਂ ਇਸ ਅੰਦੋਲਨ ਉੱਤੇ ਲੱਗੀਆਂ ਹੋਈਆਂ। ਦੇਸ਼ ਦੇ ਦੂਜੇ ਰਾਜਾਂ ਵਿੱਚ ਵੀ ਜੋ ਫੈਸਲਾ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀਆਂ ਗੁਰੂਆਂ ਤੋਂ ਐਲਾਨ ਕਰਦਾ ਹੈ ਸਾਰੇ ਦੇਸ਼ ਦੇ ਕਿਸਾਨ ਉਹਨੂੰ ਆਪੋ ਆਪਣੇ ਰਾਜ ਵਿੱਚ ਲਾਗੂ ਕਰਦੇ ਨੇ। ਇਸ ਅੰਦੋਲਨ ਨਾਲ ਕੇਂਦਰੀ ਹੁਕਮਰਾਨਾਂ ਨੂੰ ਮੋਦੀ ਦੀ ਸਰਕਾਰ ਨੂੰ ਬਹੁਤ ਵੱਡੀ ਘਬਰਾਹਟ ਹੈ, ਬਹੁਤ ਉਹਨਾਂ ਦੇ ਉੱਤੇ ਪ੍ਰੈਸ਼ਰ ਹੈ। ਉਹ ਹਰ ਰੋਜ਼ ਨਵੇਂ ਤੋਂ ਨਵਾਂ ਸ਼ੋਸ਼ਾ ਛੱਡ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਅੰਦੋਲਨ ਨੂੰ ਥੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਇੱਕ ਭਾਜਪਾ ਦਾ ਜਿਵੇਂ ਮੈਂ ਬੜੀ ਵਾਰੀ ਕਿਹਾ ਖਾਸਾ ਹੈ ਵੀ ਝੂਠ ਬੋਲੋ ਔਰ ਝੂਠ ਨੂੰ ਸੱਚ ਬਣਾਓ। ਉਹ ਇਸੇ ਨਿਗਾਹ ਨਾਲ ਹਰ ਰੋਜ਼ ਕੋਈ ਨਾ ਕੋਈ ਸ਼ੋਸ਼ਾ ਛੱਡੀ ਰੱਖਦੇ ਨੇ। ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਮੈਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਾਇਆ। ਮੈਂ ਸਪਸ਼ਟ ਕਰ ਦੇਣਾ ਚਾਹੁੰਦਾ, ਮੈਂ ਪਿਛਲੇ 1 ਸਾਲ ਤੋਂ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਤੋਂ ਛੋਟੇ ਲੀਡਰ ਨੂੰ ਵੀ ਨਹੀਂ ਮਿਲਿਆ। ਮੈਂ 7 ਮਹੀਨੇ ਤੋਂ ਇੱਥੇ ਮੋਰਚੇ ਤੇ ਬੈਠਾ ਤੇ ਇਹਦਾ ਇਸ ਤਰ੍ਹਾਂ ਦੀ ਕੋਈ ਗੱਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੇਰੇ ਕੋਲ ਬਹੁਤ ਸਾਰੇ ਸੱਜਣ ਜਦੋਂ ਜਥੇਬੰਦੀਆਂ ਦੇ ਆ ਕੇ ਗੱਲ ਵੀ ਕਰਦੇ ਹਾਂ, ਮੈਂ ਮੇਰਾ ਮਤ ਹੈ, ਮੈਂ ਉਹਨਾਂ ਨੂੰ ਸਪਸ਼ਟ ਕਹਿਣਾ ਵੀ ਸਾਡਾ ਇਸ ਵੇਲੇ ਮੁੱਖ ਦੇਸ਼ ਮੋਰਚਾ ਹੈ, ਮੋਰਚਾ ਦੀਆਂ ਮੰਗਾਂ ਮਨਾਉਣਾ ਹੈ। ਮੱਛੀ ਦੀ ਅੱਖ ਵਾਂਗ ਆਪਣੇ ਆਪ ਨੂੰ ਆਪਣੀਆਂ ਮੰਗਾਂ ਉੱਤੇ ਕੇਂਦਰਿਤ ਕਰਕੇ ਧਿਆਨ ਕੇਂਦਰਿਤ ਕਰਕੇ ਰੱਖੋ। ਇੱਧਰ ਉੱਧਰ ਚਾਕੋਗੇ ਤਾਂ ਮੋਰਚੇ ਦਾ ਨੁਕਸਾਨ ਹੋਏਗਾ। ਅਜਿਹੀ ਸਥਿਤੀ ਵਿੱਚ ਇਹ ਸੋਚਣਾ ਵੀ ਗਲਤ ਹੋਏਗਾ ਕਿ ਮੇਰੇ ਵਰਗਾ ਆਦਮੀ ਜਿਹੜਾ ਹਮੇਸ਼ਾ ਡਿਸਿਪਲਿਨ ਵਿੱਚ ਰਿਹਾ ਇਸ ਤਰ੍ਹਾਂ ਦੀ ਕੋਈ ਸੋਚ ਰੱਖੇਗਾ। ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ, ਬੇਨਤੀ ਹੈ, ਆਉਣ ਵਾਲੇ ਦਿਨਾਂ ਵਿੱਚ ਵੀ ਪਤਾ ਨਹੀਂ ਇਹ ਭਾਜਪਾ ਦਾ ਜਿਹੜਾ IT ਸੈੱਲ ਹੈ ਉਹ ਕੀ ਕੁਛ ਸੋਚੇ ਛੱਡੇਗਾ, ਕੀ ਕੁਛ ਗੁਲ ਖਿਲਾਏਗਾ।
चौकस रहना है, मोर्चा शिखर ते गया हुआ है, किसी की गल ते विश्वास नहीं करना, जो फैसला लेगा संयुक्त मोर्चा संयुक्त किसान मोर्चा तुहाडी सलाह नाल लेगा। ठीक है, पंजाब च सारिया पोलिटिकल पार्टियां नूं चोणां ने उन्हां नूं चोणां पिछे तरलो मच्छी हुई है, पर इहदा मतलब ये नहीं कि असीं अपने निशाने तो थिरक जाइए। साडा निशाना अपनियां मंगां ने, जदों तक वह प्रवान नहीं हुंदियां उदों तक कुछ सोचा नहीं जा सकता। मैं उम्मीद करदा सारे चौकस रहोगे, तुहाडे मोर्चे नूं कोई टाल ना ला सके, कोई इहनूं कमजोर ना कर सके, इहदी जिम्मेवारी साडी सारिआं दी है। बहुत बहुत धन्नवाद।